ਫਲਾਂ ਅਤੇ ਸਬਜ਼ੀਆਂ ਦੇ ਨਾਲ ਭਰੀ ਇੱਕ ਪਿਕਅਪ ਗੱਡੀ ਪਲਟਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਅੱਗੇ ਇੱਕ ਇਨੋਵਾ ਗੱਡੀ ਜਾ ਰਹੀ ਸੀ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਪਿਕਅਪ ਗੱਡੀ ਪਲਟ ਗਈ। ਹਾਲਾਂਕਿ ਜਦੋਂ ਇਹ ਪਲਟੀ ਤਾਂ ਇਸ ਦੇ ਵਿੱਚ ਫਰੂਟ ਰੱਖੀ ਹੋਈ ਸੀ, ਸਬਜ਼ੀਆਂ ਰੱਖੀ ਹੋਈ ਸੀ, ਜੋ ਕਿ ਸੜਕ ਦੇ ਉੱਤੇ ਡਿੱਗ ਗਏ। ਹਾਲਾਂਕਿ ਇੱਥੇ ਲੋਕਾਂ ਦੀ ਇੱਕ ਚੰਗੀ ਗੱਲ ਇਹ ਸਾਹਮਣੇ ਆਈ, ਜਿੱਥੇ ਇਹਨਾਂ ਲੋਕਾਂ ਨੇ ਇਸ ਡਰਾਈਵਰ ਨੂੰ ਤੁਰੰਤ ਗੱਡੀ ਦੇ ਵਿੱਚੋਂ ਬਾਹਰ ਕੱਢਿਆ। ਉੱਥੇ ਹੀ ਜੋ ਉਸਦਾ ਸਮਾਨ ਖਿਲ ਰਿਹਾ ਸੀ ਉਸ ਨੂੰ ਵੀ ਇਕੱਠਾ ਕਰਨ ਦੇ ਵਿੱਚ ਮਦਦ ਕੀਤੀ ਹੈ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਤੋਂ ਕੁਝ ਸਮਾਂ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਖਬਰ ਚੱਲੀ ਸੀ, ਜਿਸ ਦੇ ਵਿੱਚ ਇੱਕ ਸੇਬਾਂ ਦਾ ਟਰੱਕ ਪਲਟ ਜਾਂਦਾ ਹੈ ਅਤੇ ਲੋਕ ਉਸਦੇ ਸੇਬ ਹੀ ਚੁੱਕ ਕੇ ਲੈ ਜਾਂਦੇ ਨੇ। ਹਾਲਾਂਕਿ ਬਾਅਦ ਦੇ ਵਿੱਚ ਉਸਦੀ ਮਦਦ ਵੀ ਕੀਤੀ ਜਾਂਦੀ ਹੈ, ਜਿਸਦਾ ਇਹ ਟਰੱਕ ਪਲਟਿਆ ਜਾਂਦਾ। ਪਰ ਇੱਥੇ ਲੋਕਾਂ ਦੀ ਇੱਕ ਚੰਗੀ ਗੱਲ ਇਹ ਸਾਹਮਣੇ ਆਈ ਕਿ ਜਦੋਂ ਇਹ ਪਿਕਅਪ ਗੱਡੀ ਪਲਟੀ ਤਾਂ ਉਦੋਂ ਲੋਕਾਂ ਨੇ ਇਸਦੀ ਮਦਦ ਕੀਤੀ। ਜੋ ਵੀ ਸਮਾਨ, ਸਬਜ਼ੀਆਂ ਅਤੇ ਫਰੂਟ ਸੜਕ ਦੇ ਉੱਤੇ ਖਿਲ ਰਹੇ ਸੀ ਤਾਂ ਉਸ ਨੂੰ ਵੀ ਚੁੱਕ ਕੇ ਲੋਕਾਂ ਨੇ ਉਸਦੀ ਗੱਡੀ ਦੇ ਵਿੱਚ ਰੱਖਿਆ। ਤਾਂ ਦੱਸ ਦਈਏ ਕਿ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ। ਲੋਕ ਖੁਦ ਚੱਲ ਕੇ ਆਪ ਅੱਗੇ ਆਏ ਨੇ ਇਸ ਡਰਾਈਵਰ ਦੀ ਮਦਦ ਕਰਨ ਦੇ ਲਈ ਕਿ ਇਸਦਾ ਕੋਈ ਵੱਡਾ ਨੁਕਸਾਨ ਨਾ ਹੋਵੇ। ਹਾਲਾਂਕਿ ਕਿਹਾ ਜਾ ਰਿਹਾ ਕਿ ਇਸ ਘਟਨਾ ਦੇ ਵਿੱਚ ਜੋ ਅੱਗੇ ਇਨੋਵਾ ਕਾਰ ਜਾ ਰਹੀ ਸੀ ਉਹ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ। ਤਾਂ ਖਬਰ ਖੰਨਾ ਤੋਂ ਸਾਹਮਣੇ ਆਈ ਹੈ। ਇਹ ਕਾਰ ਕੀ ਬਚਾਣੇ ਦੇ ਚੱਕਰ ਮੈਂ ਆਪਣੀ ਪਲਟੀ ਹੋ ਗਿਆ ਬਸ। ਅੱਛਾ, ਕਾਰ ਅੱਗੇ ਜਾ ਰਹੀ ਸੀ? ਹਾਂਜੀ, ਅੱਗੇ ਜਾ ਰਹੀ ਸੀ। ਕੀ ਵਿੱਚ ਲੱਦਿਆ, ਕੀ ਹੋਇਆ ਸੀ ਇਹਦੇ ਵਿੱਚ? ਇਹ ਤਾਂ ਫਰੂਟ ਕੀ ਹੈਗਾ, ਕੋਈ ਲੋਕ ਤਾਂ ਨਹੀਂ ਚੱਕ ਕੇ? ਨਾ ਨਾ, ਕੁਝ ਵੀ ਨਹੀਂ ਹੋਇਆ ਜੀ। ਬਚਾ ਰਿਹਾ ਕੋਈ ਸੱਟ ਸੁੱਟ ਤਾਂ ਲੱਗੀ? ਨਾ ਨਾ, ਕੁਝ ਨਹੀਂ ਲੱਗਾ। ਇਕੱਲੇ ਸੀਗੇ? ਹਾਂਜੀ ਹਾਂਜੀ। ਫਲਾਂ ਅਤੇ ਸਬਜ਼ੀਆਂ ਦੇ ਨਾਲ ਭਰੀ ਇੱਕ ਪਿਕਅਪ ਗੱਡੀ ਪਲਟਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਅੱਗੇ ਇੱਕ ਇਨੋਵਾ ਗੱਡੀ ਜਾ ਰਹੀ ਸੀ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਪਿਕਅਪ ਗੱਡੀ ਪਲਟ ਗਈ। ਹਾਲਾਂਕਿ ਜਦੋਂ ਇਹ ਪਲਟੀ ਤਾਂ ਇਸ ਦੇ ਵਿੱਚ ਫਰੂਟ ਰੱਖੀ ਹੋਈ ਸੀ, ਸਬਜ਼ੀਆਂ ਰੱਖੀ ਹੋਈ ਸੀ, ਜੋ ਕਿ ਸੜਕ ਦੇ ਉੱਤੇ ਡਿੱਗ ਗਏ। ਹਾਲਾਂਕਿ ਇੱਥੇ ਲੋਕਾਂ ਦੀ ਇੱਕ ਚੰਗੀ ਗੱਲ ਇਹ ਸਾਹਮਣੇ ਆਈ, ਜਿੱਥੇ ਇਹਨਾਂ ਲੋਕਾਂ ਨੇ ਇਸ ਡਰਾਈਵਰ ਨੂੰ ਤੁਰੰਤ ਗੱਡੀ ਦੇ ਵਿੱਚੋਂ ਬਾਹਰ ਕੱਢਿਆ। ਉੱਥੇ ਹੀ ਜੋ ਉਸਦਾ ਸਮਾਨ ਖਿਲ ਰਿਹਾ ਸੀ ਉਸ ਨੂੰ ਵੀ ਇਕੱਠਾ ਕਰਨ ਦੇ ਵਿੱਚ ਮਦਦ ਕੀਤੀ ਹੈ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਤੋਂ ਕੁਝ ਸਮਾਂ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਖਬਰ ਚੱਲੀ ਸੀ, ਜਿਸ ਦੇ ਵਿੱਚ ਇੱਕ ਸੇਬਾਂ ਦਾ ਟਰੱਕ ਪਲਟ ਜਾਂਦਾ ਹੈ ਅਤੇ ਲੋਕ ਉਸਦੇ ਸੇਬ ਹੀ ਚੁੱਕ ਕੇ ਲੈ ਜਾਂਦੇ ਨੇ। ਹਾਲਾਂਕਿ ਬਾਅਦ ਦੇ ਵਿੱਚ ਉਸਦੀ ਮਦਦ ਵੀ ਕੀਤੀ ਜਾਂਦੀ ਹੈ, ਜਿਸਦਾ ਇਹ ਟਰੱਕ ਪਲਟਿਆ ਜਾਂਦਾ। ਪਰ ਇੱਥੇ ਲੋਕਾਂ ਦੀ ਇੱਕ ਚੰਗੀ ਗੱਲ ਇਹ ਸਾਹਮਣੇ ਆਈ ਕਿ ਜਦੋਂ ਇਹ ਪਿਕਅਪ ਗੱਡੀ ਪਲਟੀ ਤਾਂ ਉਦੋਂ ਲੋਕਾਂ ਨੇ ਇਸਦੀ ਮਦਦ ਕੀਤੀ। ਜੋ ਵੀ ਸਮਾਨ, ਸਬਜ਼ੀਆਂ ਅਤੇ ਫਰੂਟ ਸੜਕ ਦੇ ਉੱਤੇ ਖਿਲ ਰਹੇ ਸੀ ਤਾਂ ਉਸ ਨੂੰ ਵੀ ਚੁੱਕ ਕੇ ਲੋਕਾਂ ਨੇ ਉਸਦੀ ਗੱਡੀ ਦੇ ਵਿੱਚ ਰੱਖਿਆ। ਤਾਂ ਦੱਸ ਦਈਏ ਕਿ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ। ਲੋਕ ਖੁਦ ਚੱਲ ਕੇ ਆਪ ਅੱਗੇ ਆਏ ਨੇ ਇਸ ਡਰਾਈਵਰ ਦੀ ਮਦਦ ਕਰਨ ਦੇ ਲਈ ਕਿ ਇਸਦਾ ਕੋਈ ਵੱਡਾ ਨੁਕਸਾਨ ਨਾ ਹੋਵੇ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਦੇ ਵਿੱਚ ਜੋ ਅੱਗੇ ਇਨੋਵਾ ਕਾਰ ਜਾ ਰਹੀ ਸੀ ਉਹ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ। ਤਾਂ ਖਬਰ ਖੰਨਾ ਤੋਂ ਸਾਹਮਣੇ ਆਈ ਹੈ। ਇਹ ਕਾਰ ਕੀ ਬਚਾਣੇ ਦੇ ਚੱਕਰ ਮੈਂ ਆਪਣੀ ਪਲਟੀ ਹੋ ਗਿਆ ਬਸ। ਅੱਛਾ, ਕਾਰ ਅੱਗੇ ਜਾ ਰਹੀ ਸੀ? ਹਾਂਜੀ, ਅੱਗੇ ਜਾ ਰਹੀ ਸੀ। ਕੀ ਵਿੱਚ ਲੱਦਿਆ, ਕੀ ਹੋਇਆ ਸੀ ਇਹਦੇ ਵਿੱਚ? ਇਹ ਤਾਂ ਫਰੂਟ ਕੀ ਹੈਗਾ, ਕੋਈ ਲੋਕ ਤਾਂ ਨਹੀਂ ਚੱਕ ਕੇ? ਨਾ ਨਾ, ਕੁਝ ਵੀ ਨਹੀਂ ਹੋਇਆ ਜੀ। ਬਚਾ ਰਹੇ ਕੋਈ ਸੱਟ ਸੁੱਟ ਤਾਂ ਲੱਗੀ? ਨਾ ਨਾ, ਕੁਝ ਨਹੀਂ ਲੱਗਾ। ਇਕੱਲੇ ਸੀਗੇ? ਹਾਂਜੀ ਹਾਂਜੀ। ਫਲਾਂ ਅਤੇ ਸਬਜ਼ੀਆਂ ਦੇ ਨਾਲ ਭਰੀ ਇੱਕ ਪਿਕਅਪ ਗੱਡੀ ਪਲਟਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਅੱਗੇ ਇੱਕ ਇਨੋਵਾ ਗੱਡੀ ਜਾ ਰਹੀ ਸੀ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਪਿਕਅਪ ਗੱਡੀ ਪਲਟ ਗਈ। ਹਾਲਾਂਕਿ ਜਦੋਂ ਇਹ ਪਲਟੀ ਤਾਂ ਇਸ ਦੇ ਵਿੱਚ ਫਰੂਟ ਰੱਖੀ ਹੋਈ ਸੀ, ਸਬਜ਼ੀਆਂ ਰੱਖੀ ਹੋਈ ਸੀ, ਜੋ ਕਿ ਸੜਕ ਦੇ ਉੱਤੇ ਡਿੱਗ ਗਏ। ਹਾਲਾਂਕਿ ਇੱਥੇ ਲੋਕਾਂ ਦੀ ਇੱਕ ਚੰਗੀ ਗੱਲ
ਇਹ ਸਾਹਮਣੇ ਆਈ ਜਿੱਥੇ ਇਹਨਾਂ ਲੋਕਾਂ ਨੇ ਇਸ ਡਰਾਈਵਰ ਨੂੰ ਤੁਰੰਤ ਗੱਡੀ ਦੇ ਵਿੱਚੋਂ ਬਾਹਰ ਕੱਢਿਆ। ਉੱਥੇ ਹੀ ਜੋ ਉਸਦਾ ਸਮਾਨ ਖਿਲ ਰਿਹਾ ਸੀ ਉਸ ਨੂੰ ਵੀ ਇਕੱਠਾ ਕਰਨ ਦੇ ਵਿੱਚ ਮਦਦ ਕੀਤੀ ਹੈ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਤੋਂ ਕੁਝ ਸਮਾਂ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਖਬਰ ਚੱਲੀ ਸੀ ਜਿਸ ਦੇ ਵਿੱਚ ਇੱਕ ਸੇਬਾਂ ਦਾ ਟਰੱਕ ਪਲਟ ਜਾਂਦਾ ਤੇ ਲੋਕ ਉਸਦੇ ਸੇਬ ਹੀ ਚੁੱਕ ਕੇ ਲੈ ਜਾਂਦੇ ਨੇ। ਹਾਲਾਂਕਿ ਬਾਅਦ ਦੇ ਵਿੱਚ ਉਸਦੀ ਮਦਦ ਵੀ ਕੀਤੀ ਜਾਂਦੀ ਹੈ ਜਿਸਦਾ ਇਹ ਟਰੱਕ ਪਲਟਿਆ ਜਾਂਦਾ। ਪਰ ਇੱਥੇ ਲੋਕਾਂ ਦੀ ਇੱਕ ਚੰਗੀ ਗੱਲ ਇਹ ਸਾਹਮਣੇ ਆਈ ਕਿ ਜਦੋਂ ਇਹ ਪਿਕਅਪ ਗੱਡੀ ਪਲਟੀ ਤਾਂ ਉਦੋਂ ਲੋਕਾਂ ਨੇ ਇਸਦੀ ਮਦਦ ਕੀਤੀ। ਜੋ ਵੀ ਸਮਾਨ ਸਬਜ਼ੀਆਂ ਅਤੇ ਫਰੂਟ ਸੜਕ ਦੇ ਉੱਤੇ ਖਿਲ ਰਹੇ ਸੀ ਤਾਂ ਉਸਨੂੰ ਵੀ ਚੁੱਕ ਕੇ ਲੋਕਾਂ ਨੇ ਉਸਦੀ ਗੱਡੀ ਦੇ ਵਿੱਚ ਰੱਖਿਆ। ਤਾਂ ਦੱਸ ਦਈਏ ਕਿ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ। ਲੋਕ ਖੁਦ ਚੱਲ ਕੇ ਆਪ ਅੱਗੇ ਆਏ ਨੇ ਇਸ ਡਰਾਈਵਰ ਦੀ ਮਦਦ ਕਰਨ ਦੇ ਲਈ ਕਿ ਇਸਦਾ ਕੋਈ ਵੱਡਾ ਨੁਕਸਾਨ ਨਾ ਹੋਵੇ। ਹਾਲਾਂਕਿ ਕਿਹਾ ਜਾ ਰਿਹਾ ਕਿ ਇਸ ਘਟਨਾ ਦੇ ਵਿੱਚ ਜੋ ਅੱਗੇ ਇਨੋਵਾ ਕਾਰ ਜਾ ਰਹੀ ਸੀ ਉਹ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ। ਤਾਂ ਖਬਰ ਖੰਨਾ ਤੋਂ ਸਾਹਮਣੇ ਆਈ ਹੈ। ਇਹ ਕਾਰ ਕੀ ਬਚਾਣੇ ਚੱਕਰ ਮੈਂ ਆਪਣੀ ਪਲਟੀ ਹੋ ਗਿਆ ਬਸ। ਅੱਛਾ, ਕਾਰ ਅੱਗੇ ਜਾ ਰਹੀ ਸੀ? ਹਾਂਜੀ, ਅੱਗੇ ਜਾ ਰਹੀ ਸੀ। ਇਹ ਤਾਂ ਫਰੂਟ ਕੀ ਹੈਗਾ, ਨਾ ਨਾ ਕੁਛ ਵੀ ਨਹੀਂ ਹੋਇਆ ਜੀ। ਨਾ ਨਾ ਕੁਛ ਨਹੀਂ ਲੱਗਾ। ਹਾਂਜੀ ਹਾਂਜੀ, ਹੁਣ ਲੈ ਕੇ ਜਾ ਰਹੇ ਫਿਰ? ਹਾਂਜੀ, ਦੂਜੇ ਗਾੜੀ 'ਤੇ ਲੋਡ ਕਰਕੇ ਜਾ ਰਹੇ ਹਾਂ।